ਸੀ ਰੈਗੂਲਰਲੀ ਅਕਸਰ ਗੱਲ ਕਰ ਰਹੇ ਹਾਂ ਵੱਖ ਵੱਖ ਵਿਸ਼ਿਆਂ ਦੇ ਉੱਤੇ ਅਤੇ ਇੱਕ ਦੋ ਦਿਨ ਪਹਿਲਾਂ ਅਸੀਂ ਇਹਨਾਂ ਨਾਲ ਜਿਹੜੀ ਗੱਲ ਕੀਤੀ ਸੀ ਕਿ ਕਿਬਕ ਦੇ ਵਿੱਚ ਬਹੁਤ ਵੱਡਾ ਗੈਪ ਰਿਹਾ ਜਿਹੜੀ ਜਿੱਤੀ ਹੈ ਪਾਰਟੀ ਸੀ ਏ ਕਿਊ ਅਤੇ ਜਿਹੜੀ ਨੰਬਰ ਦੋ ਦੀ ਪਾਰਟੀ ਹੈ ਲਿਬਰਲ ਪਾਰਟੀ ਉਹਦੀਆਂ ਸੀਟਾਂ ਰਾਦਰ ਘਟੀਆਂ ਇਸ ਤਰ੍ਹਾਂ ਹੀ ਅਸੀਂ ਦੇਖਿਆ ਇੱਥੇ ਵੀ ਅੰਟਾਰੀਓ ਦੇ ਵਿੱਚ ਵੀ ਕਿ ਜਿਹੜੀ ਨੰਬਰ ਵਨ ਪਾਰਟੀ ਪੀ ਸੀ ਪਾਰਟੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਉਹਦੀਆਂ ਸੀਟਾਂ ਵਧੀਆਂ ਅਤੇ ਬਾਕੀ ਅਪੋਜੀਸ਼ਨ ਦੀਆਂ ਸੀਟਾਂ ਜਿਹੜੀਆਂ ਉਹ ਵਿਰੋਧੀ ਧਿਰ ਦੀਆਂ ਸੀਟਾਂ ਘਟੀਆਂ ਅਤੇ ਲੇਕਿਨ ਦੂਜੇ ਪਾਸੇ ਇੱਕ ਗੱਲ ਹੋਰ ਹੈਰਾਨਗੀ ਵਾਲੀ ਦੇਖਣ ਨੂੰ ਇਹ ਮਿਲੀ ਕਿ ਇੱਥੇ ਐਤਕੀ ਕੋਈ ਮੋਮੈਂਟਮ ਸੀ ਨਹੀਂ ਇਲੈਕਸ਼ਨ ਦਾ ਕੋਈ ਮਾਹੌਲ ਨਜ਼ਰ ਆਇਆ ਹੀ ਨਹੀਂ ਪ੍ਰੋਵਿੰਸ਼ੀਅਲ ਵੇਲੇ ਵੀ ਅਤੇ ਇਹੀ ਹਾਲਾਤ ਕਿਬਕ ਦੇ ਵਿੱਚ ਵੀ ਨੇ ਜਿੱਥੇ ਵੋਟਾਂ ਦੀ ਪਰਸੈਂਟੇਜ ਘਟੀ ਹੈ ਇਹ ਇੱਕ ਕੀ ਰੁਝਾਨ ਹੈ ਕਿਸ ਪਾਸੇ ਨੂੰ ਸੰਕੇਤ ਹੈ ਇਹ ਅਸੀਂ ਥੋੜ੍ਹੀ ਜਿਹੀ ਗੱਲ ਕਰਨ ਲੱਗੇ ਹਾਂ ਅਤੇ ਦੂਜੀ ਗੱਲ ਕਿ ਮਿਊਂਸਪਲ ਇਲੈਕਸ਼ਨ ਇਸ ਵੇਲੇ ਚੱਲ ਰਹੇ ਨੇ ਔਰ ਬਹੁਤੇ ਬੰਦੇ ਇਹ ਮੰਨ ਰਹੇ ਨੇ ਖੁਦ ਮਿਊਂਸਪਲ ਜਿਹੜੇ ਕੈਂਡੀਡੇਟਸ ਨੇ ਉਹ ਵੀ ਇਹ ਗੱਲ ਮੰਨ ਰਹੇ ਨੇ ਕਿ ਕੋਈ ਪਰਸੈਂਟੇਜ ਵਧਣ ਦੇ ਆਸਾਰ ਘੱਟ ਨੇ ਅਤੇ ਘਟਣ ਦੇ ਆਸਾਰ ਉਲਟਾ ਜ਼ਿਆਦਾ ਨੇ ਇਸ ਵਾਰ ਵੀ ਮਿਊਂਸਪਲ ਇਲੈਕਸ਼ਨ ਦੇ ਵਿੱਚ ਇਹ ਵੀ ਇੱਕ ਬੜਾ ਵੱਡਾ ਚੈਲੇਂਜ ਹੁੰਦਾ ਹਰ ਵਾਰੀ ਐਤਕੀ ਤਾਂ ਵੈਸੇ ਵੀ ਬਹਾਨਾ ਕਹਿ ਲਓ ਜਾਂ ਰੀਜ਼ਨ ਕਹਿ ਲਓ ਦਿਵਾਲੀ ਦਾ ਕਿ ਕਲੈਸ਼ ਕਰ ਰਹੀ ਹੈ ਡੇਟ ਪਰ ਇਹ ਸਾਰਾ ਮਾਮਲਾ ਇੱਥੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਪ੍ਰਭਜੋਤ ਹੋਰਾਂ ਦੇ ਨਾਲ ਪ੍ਰਭਜੋਤ ਜੀ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਸ਼ਾਰਾ ਕੀਤਾ ਸੀ ਉਸ ਦਿਨ ਕਿ ਇਹ ਗਲਤ ਰੁਝਾਨ ਹੈ ਵੀ ਇੱਕ ਪਾਸੇ ਤੇ ਜਿਹੜੀ ਵੋਟ ਪੋਲ ਹੋ ਰਹੀ ਹੈ ਉਹ ਘਟਦੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੀ ਸੱਤਾਧਾਰੀ ਪਾਰਟੀ ਤੇ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਦੇ ਵਿੱਚ ਗੈਪ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਤੇ ਮੇਰਾ ਖਿਆਲ ਕੋਈ ਚੰਗਾ ਰੁਝਾਨ ਨਹੀਂ ਹੈ ਇਹ ਡੈਮੋਕ੍ਰੇਸੀ ਵਾਸਤੇ ਜੀ ਬਿਲਕੁਲ ਦੇਖੋ ਤੁਸੀਂ ਡੈਮੋਕ੍ਰੇਸੀ ਦੀ ਸਟਰੈਂਥ ਕੀ ਹੁੰਦੀ ਹੈ ਕਿ ਲੋਕਾਂ ਦੀ ਪਾਰਟਿਸਪੇਸ਼ਨ ਹੋਵੇ ਤਾਂ ਹੀ ਵੋਟਿੰਗ ਪ੍ਰੋਸੈਸ ਇਨਵੋਲਵ ਕੀਤਾ ਗਿਆ ਕਿ ਲੋਕ ਵੋਟਾਂ 'ਚ ਹਿੱਸਾ ਲੈਣ ਔਰ ਆਪਣੀ ਮਰਜ਼ੀ ਦੇ ਨੁਮਾਇੰਦੇ ਚੁਣ ਕੇ ਭੇਜਣ ਜਿਹੜੇ ਕਿ ਸਰਕਾਰ ਚਲਾਉਣ ਲੇਕਿਨ ਕੀ ਹੋ ਰਿਹਾ ਹੈ ਕਿ ਦੇਖੋ ਜੇ ਪਿਛਲੇ ਕੁਛ ਸਮੇਂ ਤੋਂ ਪਿਛਲੇ ਚਾਰ ਪੰਜ ਸਾਲਾਂ ਤੋਂ ਇੱਕ ਟ੍ਰੈਂਡ ਹੈ ਕਿ ਵੋਟਰ ਬਿਲਕੁਲ ਇਨਡਿਫਰੈਂਟ ਹੋ ਰਿਹਾ ਉਹ ਵੋਟ ਪਾਉਣ ਹੀ ਨਹੀਂ ਜਾ ਰਿਹਾ ਈਵਨ ਤੁਸੀਂ ਦੇਖਿਆ ਹੋਣੇ ਅੰਟੈਰੀਓ ਦੀਆਂ ਜਦੋਂ ਪ੍ਰੋਵਿੰਸ਼ੀਅਲ ਇਲੈਕਸ਼ਨਾਂ ਹੋਈਆਂ ਜੂਨ ਵਿੱਚ ਜਾਂ ਹੁਣ ਕੁਇਬਕ ਦੀਆਂ ਹੋਈਆਂ ਇਨ ਬਿਟਵੀਨ ਜੇ ਬ੍ਰਿਟਿਸ਼ ਕੋਲੰਬੀਆ ਦੀ ਵੀ ਹੋਈਆਂ ਪੋਲਿੰਗ ਪਰਸੈਂਟੇਜ ਜਿਹੜੀ ਹੈ ਨਾ ਈਵਨ 50% ਵੀ ਟੱਚ ਨਹੀਂ ਕਰ ਰਹੀ ਔਰ ਜਿਹੜੀਆਂ ਰੂਲਿੰਗ ਪਾਰਟੀ ਆ ਉਹ ਸੀਟਾਂ ਲਿਜਾ ਰਹੀ ਹੈ 2/3 ਔਰ ਅਪੋਜੀਸ਼ਨ ਨੂੰ ਮਿਲ ਰਹੀਆਂ ਈਵਨ 1/3 ਵੀ ਨਹੀਂ ਮਿਲ ਰਹੀਆਂ ਸੋ ਬੜਾ ਇੱਕ ਜਿਹੜਾ ਇਮਬੈਲੈਂਸ ਜਿਹੜਾ ਨਾ ਡੈਮੋਕ੍ਰੈਟਿਕ ਸੈਟਅਪ ਵਿੱਚ ਜਿਹੜੀ ਕਿ ਪਾਰਲੀਮੈਂਟਰੀ ਗਵਰਨਮੈਂਟ ਵਿੱਚ ਇੱਕ ਟ੍ਰੈਂਡ ਵੱਧਦਾ ਜਾ ਰਿਹਾ ਗੈਪ ਵੱਧਦਾ ਜਾ ਰਿਹਾ ਵੋਟਰ ਦਾ ਇੰਟਰਸਟ ਘੱਟ ਰਿਹਾ ਕੈਂਡੀਡੇਟ ਘੱਟ ਰਹੇ ਆ ਔਰ ਜਦੋਂ ਰਿਜ਼ਲਟ ਆਉਂਦੇ ਨੇ ਤਾਂ ਇੱਕ ਪਾਰਟੀ ਬਿਲਕੁਲ ਹੁੰਝਾ ਫੇਰ ਜਿੱਤ ਵੱਲ ਚਲੀ ਜਾਂਦੀ ਹੈ ਔਰ ਬਾਕੀ ਪਾਰਟੀਆਂ ਬੇਸ਼ੱਕ ਉਹ ਲੋਕਾਂ ਦੀ ਗੱਲ ਕਰਦੀਆਂ ਨੇ ਲੇਕਿਨ ਉਹਨਾਂ ਨੂੰ ਵੋਟ ਨਹੀਂ ਮਿਲਦੀ ਜਾਂ ਉਹ ਵੋਟਾਂ ਨੂੰ ਪਰਸੂਏਡ ਨਹੀਂ ਕਰ ਸਕਦੇ ਵੋਟਰਾਂ ਨੂੰ ਕਿ ਉਹ ਆ ਕੇ ਵੋਟ ਪਾਉਣ ਸੋ ਇਹ ਬੜਾ ਵੱਡਾ ਇੱਕ ਚਿੰਤਾ ਦਾ ਵਿਸ਼ਾ ਆ ਕਿ ਲੋਕਾਂ ਦੀ ਜਿਹੜੀ ਫੇਥ ਆ ਜਾਂ ਟਰੱਸਟ ਆ ਇਨ ਡੈਮੋਕ੍ਰੇਸੀ ਇਨ ਜਿਹੜੀ ਇਲੈਕਟੋਰਲ ਡੈਮੋਕ੍ਰੇਸੀ ਆ ਉਹਨੂੰ ਕਿਸ ਤਰ੍ਹਾਂ ਰੀਸਟੋਰ ਕੀਤਾ ਜਾਵੇ ਹੁਣ ਤੁਸੀਂ ਦੇਖਿਆ ਹੀ ਹੈ ਕਿ ਮਿਊਂਸਪਲ ਇਲੈਕਸ਼ਨਾਂ ਦੀ ਗੱਲ ਤੁਸੀਂ ਕੀਤੀ ਆ ਕਿ ਲੋਕਾਂ ਨੂੰ ਕੋਈ ਇੰਟਰਸਟ ਨਹੀਂ ਜਦ ਕਿ ਮਿਊਂਸਪਲ ਜਿਹੜੀਆਂ ਇਲੈਕਸ਼ਨ ਨੇ ਮਿਊਂਸਪਲ ਜਿਹੜੀਆਂ ਬੋਡੀਜ਼ ਬਣਦੀਆਂ ਨੇ ਉਹਨਾਂ ਦਾ ਹਰੇਕ ਆਦਮੀ ਨਾਲ ਬਹੁਤ ਜ਼ਿਆਦਾ ਤਾਲੁਕਾਤ ਹੁੰਦਾ ਹੈ ਬਹੁਤ ਜ਼ਿਆਦਾ ਡੇਲੀ ਜਿਹੜੀ ਡੀਲਿੰਗਸ ਆ ਹਰ ਛੋਟੀ ਤੋਂ ਵੱਡੀ ਚੀਜ਼ ਸਾਰੀ ਮਿਊਂਸਪਲ ਕਮੇਟੀ ਕਰਦੀ ਹੈ ਮਿਊਂਸਪਲ ਕੌਂਸਲ ਕਰਦੀ ਹੈ ਲੇਕਿਨ ਉਹਦੇ ਵਿੱਚ ਵੀ 28% 30% 40% ਤੋਂ ਘੱਟ ਵੋਟਾਂ ਪੈ ਰਹੀਆਂ ਨੇ ਅਸੈਂਬਲੀ ਦੀਆਂ ਵੋਟਾਂ ਘੱਟ ਪੈ ਰਹੀਆਂ ਨੇ ਸੋ ਇਹ ਜਿਹੜਾ ਇੰਟਰਸਟ ਆ ਵੋਟਰ ਦਾ ਡਿਸਇੰਟਰਸਟਡਨੈਸ ਹੋਣਾ ਇੱਕ ਬੜਾ ਚਿੰਤਾ ਦਾ ਵਿਸ਼ਾ ਆ ਔਰ ਫਿਰ ਅਪੋਜੀਸ਼ਨ ਦਾ ਬਿਲਕੁਲ ਡੈਸੀਮੇਟ ਹੋ ਜਾਣਾ ਅਪੋਜੀਸ਼ਨ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਤੁਸੀਂ ਦੇਖੋ ਭਾਵੇਂ ਚਲੋ ਆਪਾਂ ਤਾਲੁਕ ਤਾਂ ਨਹੀਂ ਲੇਕਿਨ ਪੰਜਾਬ ਦੀ ਗੱਲ ਕਰਕੇ ਦੇਖ ਲਓ ਪੰਜਾਬ ਵਿੱਚ 117 ਚੋਂ 92 ਉਮੀਦਵਾਰ ਨੇ ਕੈਂਡੀਡੇਟ ਦੇ MLA ਨੇ ਆਪ ਆਦਮੀ ਦੇ ਅਪੋਜੀਸ਼ਨ ਦੇ ਸਿਰਫ 18 ਸੋ ਕੀ ਅਪੋਜੀਸ਼ਨ ਕਰਨਗੇ ਉਹ ਇੰਨੀ ਵੱਡੀ ਇੱਕ ਮੈਜੋਰਿਟੀ ਦੀ ਸੋ ਇਹ ਇੱਕ ਟ੍ਰੈਂਡ ਜਿਹੜਾ ਹੈ ਬਹੁਤ ਕੋਈ ਚੰਗਾ ਨਹੀਂ ਸਟਰੋਂਗ ਅਪੋਜੀਸ਼ਨ ਦਾ ਹੋਣਾ ਬੜਾ ਜ਼ਰੂਰੀ ਹੈ ਔਰ ਲੋਕਾਂ ਦੀ ਪਾਰਟੀਸਪੇਸ਼ਨ ਜਿਹੜੀ ਹੈ ਵੋਟਿੰਗ ਪ੍ਰੋਸੈਸ ਵਿੱਚ ਇਹ ਹੋਣੀ ਇਹ ਇਨਕਰੀਜ਼ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਦੁਨੀਆ ਵਿੱਚ ਇੱਕ ਵਿਚਾਰ ਇੱਕ ਡਿਬੇਟ ਸ਼ੁਰੂ ਹੋਇਆ ਕਿ ਵੋਟਿੰਗ ਤੋਂ ਫਿਰ ਦੂਜਾ ਚੋਇਸ ਕੀ ਹੈ ਜੇ ਡੈਮੋਕ੍ਰੇਸੀ ਚਲਾਉਣੀ ਹੈ ਜੇ ਲੋਕ ਵੋਟਰ ਇੰਟਰਸਟਿਡ ਹੀ ਨਹੀਂ ਹੈਗੇ ਵੋਟਾਂ ਪਾਉਣ 'ਚ ਇੰਟਰਸਟ ਨਹੀਂ ਲੈ ਰਹੇ ਔਰ ਗੈਪ ਅਪੋਜੀਸ਼ਨ ਨਹੀਂ ਵਧੀਆ ਚੰਗੀਆਂ ਆ ਰਹੀਆਂ
ਜਿਹੜੀਆਂ ਕਿ ਕੰਸਟਰਕਟਿਵ ਸਟਰੋਂਗ ਆਪੋਜੀਸ਼ਨ ਨਹੀਂ ਆ ਰਹੀਆਂ, ਤਾਂ ਫਿਰ ਡੈਮੋਕ੍ਰੇਸੀ ਦਾ ਜਿਹੜਾ ਇਹ ਮਾਡਲ ਹੈ ਇਹਨੂੰ ਰੀਮਾਡਲ ਕਰਨ ਦੀ ਜ਼ਰੂਰਤ ਪਵੇਗੀ। ਉਹਦੇ ਤੇ ਵਿਚਾਰਾਂ ਆਲਰੇਡੀ ਸ਼ੁਰੂ ਹੋਈਆਂ ਹੋਈਆਂ ਨੇ ਕਿ ਕਿਸ ਤਰ੍ਹਾਂ ਲੋਕਾਂ ਦਾ ਫੇਥ ਵਾਪਸ ਇਹਦੇ ਵਿੱਚ ਲਿਆਂਦਾ ਜਾਵੇ। ਜੇ ਨਹੀਂ ਤਾਂ ਜੇ ਆਲਟਰਨੇਟਿਵ ਆਏਗਾ ਤਾਂ ਉਹ ਕੀ ਆਲਟਰਨੇਟਿਵ ਹੋਏਗਾ ਕਿ ਤਾਂ ਜੋ ਲੋਕਾਂ ਦੀ ਪਾਰਟਿਸਿਪੇਸ਼ਨ ਇਨ ਲੋਕਲ ਗਵਰਨਮੈਂਟ ਇਨ ਪ੍ਰੋਵਿੰਸ਼ੀਅਲ ਗਵਰਨਮੈਂਟ ਤੇ ਫੈਡਰਲ ਗਵਰਨਮੈਂਟ ਵਧੇ। ਬਿਲਕੁਲ ਠੀਕ ਹੈ ਜੀ, ਇਹ ਆਪਣੇ ਆਪ 'ਚ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਲੋਕਾਂ ਦਾ ਪੋਲੀਟੀਕਲ ਲੀਡਰਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਵਾਅਦੇ ਕੀਤੇ ਜਾਂਦੇ ਹੈ ਇਲੈਕਸ਼ਨ ਵੇਲੇ ਉਹ ਸਿਰਫ ਵਾਅਦੇ ਹੀ ਹੁੰਦੇ ਹੈ, ਉਹਨਾਂ ਨੂੰ ਪੂਰਾ ਬਾਅਦ 'ਚ ਨਹੀਂ ਕੀਤਾ ਜਾਂਦਾ। ਪਰ ਜੋ ਵੀ ਹੋਵੇ, ਜੇ ਸਾਡਾ ਜਿਸ ਤਰ੍ਹਾਂ ਕਿਹਾ ਪ੍ਰਭਜੋਤ ਹੋਰਾਂ ਨੇ ਕਿ ਜੇ ਸਾਡਾ ਇਸ ਸਿਸਟਮ ਦੇ ਵਿੱਚ ਵਿਸ਼ਵਾਸ ਉੱਠ ਗਿਆ ਤਾਂ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਚਿੰਤਾ ਦਾ ਵਿਸ਼ਾ ਹੈ। ਔਰ ਇਹ ਪੋਲੀਟੀਕਲ ਲੀਡਰਾਂ ਨੂੰ ਅਤੇ ਪੋਲੀਟੀਕਲ ਪਾਰਟੀਜ਼ ਨੂੰ ਵੀ ਸੋਚਣਾ ਪਏਗਾ ਕਿ ਲੋਕਾਂ ਦੇ ਵਿੱਚ ਅੰਦਰ ਜਿਹੜੀ ਮਨਾਂ ਦੇ ਵਿੱਚ ਨੀਰਸਤਾ ਪੈਦਾ ਹੋ ਰਹੀ ਹੈ ਇਹਦੇ ਪਿੱਛੇ ਕੀ ਕਾਰਨ ਹੈ ਔਰ ਇਹਨੂੰ ਕਿਵੇਂ ਉਹ ਠੀਕ ਕਰ ਸਕਦੇ ਹੈ। ਇੱਕ ਹੋਰ ਬੜਾ ਵੱਡਾ ਜਿੱਦਾਂ ਬੜੀ ਵੱਡੀ ਖਬਰ ਜਿਹੜੀ ਚਰਚਾ 'ਚ ਆ ਰਹੀ ਹੈ ਪ੍ਰਭਜੋਤ ਜੀ, ਉਹ ਹੈ ਕਿ ਆਸ਼ੀਸ਼ ਕਪੂਰ ਨਾਂ ਦਾ ਇੱਕ AIG ਜਿਹਨੂੰ ਅਰੈਸਟ ਕੀਤਾ ਗਿਆ ਹੈ ਕਰੋੜ ਰੁਪਈਏ ਦੀ ਰਿਸ਼ਵਤ ਦੇ ਦੋਸ਼ ਦੇ ਵਿੱਚ, ਤੋ ਛੋਟੇ ਮੋਟੇ ਪਟਵਾਰੀ ਫੜ ਲਏ ਜਾਂ ਕੋਈ ਹੈੱਡ ਕਾਂਸਟੇਬਲ ਕੋਈ SI ਫੜ ਲਿਆ, ਇਹ ਤਾਂ ਅਸੀਂ ਦੇਖਦੇ ਆ ਰਹੇ ਹਾਂ। ਲੇਕਿਨ ਏਡੇ ਵੱਡੇ ਰੈਂਕ ਦਾ ਕੋਈ ਬੰਦਾ IPS ਰੈਂਕ ਦਾ ਕੋਈ ਵਿਅਕਤੀ ਜਿਹੜਾ ਅਰੈਸਟ ਕੀਤਾ ਜਾਵੇ, ਇਹ ਵੀ ਆਪਣੇ ਆਪ 'ਚ ਇੱਕ ਵੱਡੀ ਖਬਰ ਹੈ ਜੀ। ਬਿਲਕੁਲ, ਦੇਖੋ ਇਹ ਇਹਨਾਂ ਦੇ ਇੱਕ ਬੜਾ ਪੁਰਾਣਾ ਕੇਸ ਚੱਲਿਆ ਆ ਰਿਹਾ 2016 ਦਾ, ਬੜਾ ਵੱਡਾ ਕਰਪਸ਼ਨ ਦਾ ਕੇਸ ਸੀ ਤੇ ਅਲਟੀਮੇਟਲੀ ਬਹੁਤ ਇੱਕ ਉਲਝਿਆ ਹੋਇਆ ਕਰਪਸ਼ਨ ਦਾ ਕੇਸ ਹੈ। ਔਰ ਤੁਹਾਨੂੰ ਪਤਾ ਹੋਏਗਾ ਕਿ ਜਿਹੜੇ ਆਸ਼ੀਸ਼ ਕਪੂਰ ਨੇ ਇਹ ਬੇਸ਼ੱਕ ਮੇਰੇ ਨਾਲ ਖੇਡਾਂ ਨਾਲ ਦਾ ਤਾਲੁਕ ਰੱਖਦੇ ਨੇ, ਇੱਕ ਬਹੁਤ ਚੰਗੇ ਟੈਨਿਸ ਖਿਡਾਰੀ ਨੇ, ਲੇਕਿਨ ਇਹ ਇੱਕ ਪੁਰਾਣੇ ਪੰਜਾਬ ਦੇ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਮਿਨਿਸਟਰ ਹੁੰਦੇ ਸੀ ਸੁਰਿੰਦਰ ਕਪੂਰ, ਉਹਨਾਂ ਦੇ ਇਸ ਪੁੱਤਰ ਨੇ। ਅੱਛਾ, ਉਹਨਾਂ ਨੂੰ ਤਾਂ ਮੈਂ ਜਾਣਦਾ ਜਿਹੜੇ ਬਠਿੰਡਾ ਤੋਂ ਸੀਗੇ ਮੇਰੇ ਖਿਆਲ 'ਚ, ਬਠਿੰਡੇ ਤੋਂ ਹੀ ਹਨ। ਹਾਂਜੀ, ਇਹ ਬਠਿੰਡੇ ਤੋਂ ਹੀ ਹਨ ਤੇ ਫਿਰ ਚੰਡੀਗੜ੍ਹ ਆਏ, ਚੰਡੀਗੜ੍ਹ ਵਿੱਚ ਡੈਪੂਟੇਸ਼ਨ ਤੇ ਆਏ, ਚੰਡੀਗੜ੍ਹ ਪੁਲਿਸ ਜੀ ਰਹੇ, ਔਰ ਫਿਰ ਵਾਪਸ ਜਦੋਂ ਪੰਜਾਬ ਗਏ ਤਾਂ ਫਿਰ ਇਹਨਾਂ ਨੇ ਮੋਹਾਲੀ ਚੰਡੀਗੜ੍ਹ ਆਸ ਪਾਸ ਹੀ ਉੱਥੇ ਹੀ ਸੈਟਲ ਹੋਏ ਨੇ, ਉੱਥੇ ਇਹਨਾਂ ਨੇ ਪੋਸਟਿੰਗ ਲੈ ਲਈ ਸੀ। ਸੋ ਇਹਨਾਂ ਦੇ ਜਿਹੜਾ ਕੇਸ ਸੀ ਇਹ ਦੇਖੋ 420 ਵੀ ਲੱਗੀ ਸੀ, 120B ਵੀ ਲੱਗੀ ਸੀ, ਕਰਪਸ਼ਨ ਐਕਟ ਸੈਕਸ਼ਨ ਨੇ 707A ਵੀ ਲੱਗੇ ਸੀ। ਸੋ ਕੇਸ ਤੇ ਇਹਨਾਂ ਤੇ ਬਹੁਤ ਚਿਰ ਤੋਂ ਸੀ ਤੇ ਇਹਨਾਂ ਦੇ ਤੁਹਾਨੂੰ ਯਾਦ ਹੋਏਗਾ ਕਿ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਇਹਨਾਂ ਦੇ ਘਰ ਤੇ ਰੇਡ ਵੀ ਹੋਇਆ ਸੀ, ਵਿਜੀਲੈਂਸ ਬਿਊਰੋ ਨੇ ਕੀਤਾ ਸੀ ਔਰ ਬਹੁਤ ਕੁਛ ਰਿਕਵਰ ਵੀ ਹੋਇਆ ਸੀ। ਸੋ ਇਹ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੇ ਰਹੇ ਨੇ, ਕੁਛ ਇਹਨਾਂ ਦੀ ਕੰਟਰੋਵਰਸੀ ਆਫਟਰ ਜਦੋਂ ਕੇਸ ਰਜਿਸਟਰ ਹੋ ਗਿਆ ਤਾਂ ਕਾਫੀ ਦੇਰ ਰਹੇ। ਸੋ ਇਹ ਹੁਣ ਇਹਨਾਂ ਦੀ ਜਿਹੜੀ ਅਰੈਸਟ ਹੋਈ ਹੈ ਔਰ ਇੱਕ ਲੌਂਗ ਅਵੇਟਿਡ ਜਿਹੜਾ ਸੀਗਾ, ਕਿਉਂਕਿ ਜਦੋਂ ਪੁਲਿਸ ਬੰਦੇ ਆਪ ਹੁੰਦੇ ਨੇ ਵਿਜੀਲੈਂਸ ਵੀ, ਕਿਉਂਕਿ ਪੁਲਿਸ ਤੇ ਪੰਜਾਬ ਵਿਜੀਲੈਂਸ ਬਿਊਰੋ ਆਪਸ ਵਿੱਚ ਇੰਟਰਚੇਂਜੇਬਲ ਕਾਡਰ ਹੈ, ਇਨਫਲੂਐਂਸ ਯੂਜ਼ ਹੋ ਜਾਂਦਾ ਹੈ। ਸੋ ਕਾਫੀ ਦੇਰ ਤੱਕ ਕੇਸ ਠੰਡੇ ਪੱਤੇ ਪੈ ਰਿਹਾ, ਲੇਕਿਨ ਹੁਣ ਅਲਟੀਮੇਟਲੀ ਜਸਟਿਸ ਤਾਂ ਹੋਣਾ ਹੈ। ਦੇਖੋ ਅੱਗੋਂ ਸਰਕਾਰ ਇਸ ਕੇਸ ਵਿੱਚ ਇਹਨਾਂ ਨੂੰ ਇਹਨਾਂ ਦੇ ਕੀ ਐਕਸ਼ਨ ਲੈਂਦੀ ਹੈ ਅਰੈਸਟ ਤੇ ਬਾਅਦ ਜੀ। ਤੁਹਾਨੂੰ ਕੇਸ ਦੀ ਥੋੜੀ ਬੈਕਗ੍ਰਾਉਂਡ ਅਗਰ ਦੱਸਣਾ ਚਾਹੋ। ਦੇਖੋ ਇਹ ਜਿਹੜੀ ਕੇਸ ਸੀ ਇਹ ਜਿਹੜਾ ਪੋਸਟਡ ਸੀ ਸੁਪਰਡੈਂਡੈਂਟ ਸੈਂਟਰਲ ਜੇਲ ਅੰਮ੍ਰਿਤਸਰ ਦੇ, ਹਾਂਜੀ, ਇਹਨਾਂ ਨਾਲ ਇੱਕ ਖੇਤਰ ਦੇ ਹੈਗੇ ਆ ਪੂਨਮ ਰਾਜਨ, ਉਹਨਾਂ ਨਾਲ ਹੋਈ ਗੱਲਬਾਤ ਕੁਛ ਤੇ ਉਹਦੇ ਅੰਡਰ ਜੁਡੀਸ਼ਲ ਰਿਮਾਂਡ ਵਿੱਚ ਜਿਹੜਾ ਕੇਸ ਬਣਿਆ ਉਹਦੇ ਵਿੱਚ ਕੁਛ ਟ੍ਰਾਂਜੈਕਸ਼ਨ ਇੱਦਾਂ ਦੀਆਂ ਹੋਈਆਂ ਜਿਹੜੇ ਕਰਪਸ਼ਨ ਦੀ ਗੱਲ ਆਈ, ਜਿਹਦੇ ਚ ਬਰਾਇਬ ਦੀ ਗੱਲ ਆਈ, ਉਸ ਕੇਸ ਵਿੱਚ ਫਿਰ ਫੈਮਿਲੀ ਨੇ ਕੰਪਲੇਂਟ ਕੀਤੀ ਇਹਨਾਂ ਦੇ ਕੇਸ, ਔਰ ਉਹ ਇਨਵੈਸਟੀਗੇਸ਼ਨ ਚੱਲਦੀ ਰਹੀ ਔਰ ਇਹਦੇ ਵਿੱਚ ਕੁਛ ਜਿਹੜੇ ਪੁਲਿਸ ਵਾਲੇ ਵੀ ਜਿਹੜੇ ਸੀਗੇ ਉਹ ਇਨਵੋਲਵ ਸੀਗੇ, ਉਹ ਇਹਨਾਂ ਦੀ ਜਿਵੇਂ ਸਾਈਡ ਲੈਂਦੇ ਰਹੇ। ਸੋ ਜਿਹੜਾ ਪਵਨ ਕੁਮਾਰ ਸੀ ਇੱਕ SHO ਉਸ ਵੇਲੇ ਜ਼ੀਰਕਪੁਰ ਥਾਣੇ ਦਾ, ਇੱਕ ASI ਸੀ ਰਜਿੰਦਰ ਸਿੰਘ। ਸੋ ਉਹਨਾਂ ਨੇ ਇਸ ਕੇਸ ਵਿੱਚ ਜਿਹੜੀ ਪ੍ਰੀਤੀ ਜਿਹੜੀ ਲੇਡੀ ਸੀ ਉਹਨੂੰ ਇਨੋਸੈਂਟ ਡਿਕਲੇਅਰ ਕਰਾਇਆ ਤੇ ਉਹਨਾਂ ਨੇ ਬਿਲਕੁਲ ਇਲੀਗਲ ਢੰਗ ਨਾਲ ਜਿਹੜੀ ਪ੍ਰੇਮ ਲਤਾ ਸੀ ਉਹਦੇ ਚੈੱਕ 1 ਕਰੋੜ ਦੇ ਉਹ ਕੈਸ਼ ਕਰਾਏ, ਐਂਡ ਮਤਲਬ ਇਸ ਤਰ੍ਹਾਂ ਦਾ ਕੰਮ ਕੀਤਾ ਗਿਆ ਜਿਹੜਾ ਕਿ ਇੱਕ ਪੁਲਿਸ ਦੇ ਇਨਵੋਲਵਮੈਂਟ ਬਿਨਾਂ ਨਹੀਂ ਹੋ ਸਕਦਾ ਸੀ, ਪੁਲਿਸ ਦੇ ਪ੍ਰੈਸ਼ਰ ਬਿਨਾਂ ਨਹੀਂ ਹੋ ਸਕਦਾ ਸੀ, ਤੇ ਆਸ਼ੀਸ਼ ਕਪੂਰ ਨੇ ਆਪਣਾ ਜਿਹੜਾ ਇਨਫਲੂਐਂਸ ਯੂਜ਼ ਕੀਤਾ ਉਹ ਸਾਰੇ ਕੇਸ ਵਿੱਚ ਜਿਹੜੇ ਚੈੱਕ ਵੀ ਜਿਹੜੇ ਕੈਸ਼ ਹੋਏ ਇੱਕ ਬੇਨਾਮੀ ਨਾਂ ਤੇ ਬਣਾ ਕੇ ਕੈਸ਼ ਲਾਏ ਗਏ।
ਸੋ ਏਐਸਆਈ ਦੇ ਨਾਂ ਦੇ ਕੈਚ ਕਰਾਏਗੀ ਜਿਹੜਾ ਏਐਸਆਈ ਸੀ ਉਹਦੇ ਵਿੱਚ ਹਰਜਿੰਦਰ ਸਿੰਘ। ਸੋ ਇਹ ਸਾਰੇ ਜਿਹੜੇ ਲੋਕ ਸਨ ਇਨਵੋਲਵ ਸਨ ਇਸ ਕੇਸ ਵਿੱਚ ਉਸ ਜਿਹੜੀ ਕੁਰਕਸ਼ੇਤਰਾ ਦੀ ਲੇਡੀ ਦੇ ਨਾਲ। ਸੋ ਇਹ ਸਾਰਾ ਕੇਸ ਜਦੋਂ ਇਨਵੈਸਟੀਗੇਟ ਹੋਇਆ, ਵਿਜੀਲੈਂਸ ਨੇ ਇਨਵੈਸਟੀਗੇਟ ਕੀਤਾ ਤਾਂ ਪ੍ਰੇਮਾ ਗਸਾਈ ਸ਼ੀਸ਼ ਕਪੂਰ ਨੂੰ ਮੁੱਖ ਦੋਸ਼ੀ ਪਾਇਆ ਗਿਆ, ਨਾਲ ਜਿਹੜੇ ਉਹਦੇ ਸਾਥੀ ਸਨ ਪਵਨ ਕੁਮਾਰ ਤੇ ਹਰਜਿੰਦਰ ਸਿੰਘ ਉਹਨਾਂ ਦੀ ਇਨਵੋਲਵਮੈਂਟ ਪ੍ਰੂਵ ਹੋਈ। ਉਸ ਤੋਂ ਬਾਅਦ ਰੇਡਸ ਹੋਈਆਂ ਤੇ ਹੁਣ ਅਲਟੀਮੇਟਲੀ ਇਸ ਕੇਸ ਵਿੱਚ ਅਰੈਸਟ ਹੋਈ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਲਈ ਪ੍ਰਭਯੋਗ ਜੀ, ਔਰ ਤੁਹਾਡਾ ਕੋਸ਼ਿਸ਼ ਕਰਾਂਗੇ ਕੱਲ ਫਿਰ ਥੋੜੀ ਜਿਹੀ ਗੱਲਬਾਤ ਕਰਾਂਗੇ। ਜੀ ਸ਼ੋਰ ਜੀ ਸ਼ੋਰ, ਥੈਂਕ ਯੂ, ਥੈਂਕ ਯੂ ਸਰ।